ਉਸਤਾਦੋ ਜ਼ਾਕਿਰੀਨ, ਫਖਰੋ ਜ਼ਾਕਿਰੀਨ, ਜ਼ਵਾਰ ਮਲਕ ਗੁਲਾਮ ਜਾਫਰ ਤਿਆਰ ਸਾਹਿਬ ਆਫ ਬੇਰਾ, ਇਹਨਾਂ ਦੇ ਫੌਰਨ ਬਾਅਦ ਮੁਸੱਵਰੇ ਗਮ ਜ਼ਾਕਿਰੇ ਆਲੇ ਅਤਹਾਰ ਜਨਾਬ ਹਸਨ ਰਜ਼ਾ ਹਾਸ਼ਮ ਸਾਹਿਬ ਆਫ ਕਬੀਰ ਵਾਲਾ ਤਸ਼ਰੀਫ ਫਰਮਾਨੇ। ਹਜ਼ਰਤ ਮੁਹਤਰਮ ਜਿਤਨੇ ਵੀ ਮੌਲਾ ਦੇ ਮਦਾ ਖਾਨ ਨੇ ਸਾਰੇ ਆਪਣੇ ਆਪਣੇ ਟਾਈਮ 'ਤੇ ਮਜ਼ਲੂਮੇ ਕਰਬਲਾ ਦੀ ਬਾਰਗਾਹ ਵਿੱਚ ਹਾਜ਼ਰੀ ਪੇਸ਼ ਕਰਦੇ ਰਹਿਣਦੇ। ਹੁਣ ਜਨਾਬ ਦੇ ਸਾਹਮਣੇ ਮਲਕ ਗੁਲਾਮ ਜਾਫਰ ਤਿਆਰ ਸਾਹਿਬ ਆਓ ਬੇਰਾ ਬੁਲੰਦਰ ਸਲਾਵਾਤ। ਥੱਕੀ ਹੋਈ ਛਤਰੀ ਸ਼ਹਿਰਾਂ ਦੀ, ਜਿਹੜੀ ਪਲੰਗ ਤੋਂ ਮਸੱਲੇ ਤੱਕ ਆਉਂਦੀਆਂ ਇੱਕੀ ਦਾਈਆਂ ਇਸਤਕਬਾਲ, ਥੱਕੀ ਹੋਈ ਛਤਰੀ ਸ਼ਹਿਰਾਂ ਦੀ, ਲਫ਼ਜ਼ ਬਦਲ ਕੇ ਪਿਆ ਦੇ, ਸ਼ਰਾਮ ਦੇ ਮੁਲਕ ਦੀ ਸ਼ਾਜ਼ਾਦੀ, ਮੈਂ ਤੁਹਾਡੀ ਇੰਤਜ਼ਾਰ ਪਿਆ ਕਰਦਾ ਕਿ ਸਤਰ ਮੈਂ ਮੁਕੰਮਲ ਕਿਹੜੇ ਰੰਗ 'ਚ ਕਰਾਂ। ਮਾਵਾਂ ਦੀਆਂ ਝੋਲੀਆਂ ਤੋਂ ਆਜ਼ਾਦਾਰ ਹੋ, ਮੇਰਾ ਉਹਨਾਂ ਅਜ਼ੀਮ ਮਾਵਾਂ ਸਲਾਮ ਹੈ ਜਿਨ੍ਹਾਂ ਤੁਹਾਨੂੰ ਝੋਲੀ 'ਚ ਬਹਾ ਕੇ ਹੁਸੈਨ ਦਾ ਆਜ਼ਾਦਾਰ ਹੋ। ਸ਼ਰਾਮ ਦੇ ਮੁੱਲ ਸ਼ਾਜ਼ਾਦੀ ਪੜਾਂ ਬਈ, ਬੇਸ਼ਰਾਮ ਦੇ ਸ਼ਹਿਰ 'ਚ ਆ ਗਈ, ਬੇਗੈਰਤ ਸ਼ਾਮ ਦੇ ਵਸਦਿਆਂ ਦੀ, ਮੇਰੀ ਸੈਣ ਸਮਝ ਮਨਸ਼ਾਦ, ਬੇਕਦਰਿਆਂ ਲੋਕਾਂ ਨਹੀਂ ਪਿਪੜਦਾ, ਤੁਹਾਡੀ ਇੰਤਜ਼ਾਰ ਪਿਪੜਨਾ, ਬੇਗੈਰਤ ਸ਼ਾਮ ਦੇ ਲੋਕਾਂ ਦੀ ਮੇਰੀ ਸੈਣ ਸਮਝ ਮਨਸ਼ਾ ਪੜਾ ਜੀ। ਅਰਜ਼ ਪਿਆ ਕਰੇ ਨਾ ਡਿੱਠੇ ਵੀਰ
ਦੇ ਕਾਤਲ ਕੁਰਸੀਆਂ ਤੇ ਮਰਨ ਗਈ ਸੀ ਆਦਾ ਪਿਆ ਡਿੱਠੇ ਹੋਈ ਦੇ ਕਾਤਲ ਕੁਰਸੀਆਂ ਮੇਰੀ ਸੈਣ ਜਲਾਲ ਚ ਆ ਗਈ। ਸਤਰ ਸੁਣਾਏ ਬਾਈ ਬੀਬੀ ਆਦੀ ਤੇਰੀ ਸ਼ਾਮ ਨੂੰ ਮੈਂ ਕਾਰ ਗਰਕ ਦੇ ਦੀ ਮੈਨੂੰ ਚੁੱਪ ਸੱਜਾ ਨੌਕਰਾਂ ਤੁਹਾਡਾ ਜਵਾਨੀਆਂ ਦਾ ਸੇਵਨ ਨੌਕਰਾਂ ਤੁਹਾਡਾ ਆਦਾ ਪਿਆ ਤੁਹਾਡੇ ਆ ਖਣ ਤੇ ਮੈਂ ਵੱਲ ਪੜਦਾ ਰੱਬ ਦੇਵੀ ਇੱਜ਼ਤ ਇਕਬਾਲ ਰੋਂਦੀਆਂ ਅੱਖਾਂ ਨਾਲ ਦੁਆ ਮੰਗੋ ਸ਼ਾਲਾ ਕਹਿੰਦੀਆਂ ਧੀਆਂ ਉਹ ਪੇਸ਼ ਨਾ ਹੋਵਣ ਅਤੇ ਕਈ ਦਰਬਾਰ ਵਿਚਾਲੇ ਆਦਾ ਪਿਆ ਉੱਠ ਰੁਕ ਗਏ ਦਰਦਾਂ ਮਾਰੀਆਂ ਦੇ ਕਿਸੇ ਜੰਗਲ ਵਿੱਚ ਭਾਈਓ ਆਧ ਬਾਜ਼ਾਰ ਵਿਚਾਲੇ ਜਿਹੜੇ ਸੈਦ ਉਹ ਮਾਫੀ ਦਿਵਾਏ ਲੱਗਾ ਪੱਥਰ ਰੁਬਾ ਬੜੀ ਲਾਡਲੀ ਨੋ ਆਈ ਅਲੀ ਦੀ ਸਭਾ ਜਿਹੜੇ ਨੀਤ ਕੇ ਆਇਓ ਕਦਾ ਨੋ ਸੀ ਪਹਿਲਾਂ ਪੜ੍ਹੀ ਸ਼ਰਾਮ ਦੇ ਮੁਲਕ ਦੀ ਸ਼ਾਜ਼ਾਦੀ ਬੇਸ਼ਰਾਮ ਦੇ ਸ਼ਹਿਰ ਚ ਆ ਗਈ ਬੇਗੈਰਤ ਸ਼ਾਮ ਦਿਆਂ ਵਸਦਿਆਂ ਦੀ ਮੇਰੀ ਸੈਣ ਸਮਝ ਮਨ ਸ਼ਾਗ ਬੰਦੇ ਆਉਂਦੇ ਰਸਨ ਭੈਣ ਹੋਵੇ ਨਾ ਜਿਤਨੀ ਗਰੀਬ ਤੇ ਬਿਰਾ ਦੇ ਮੌਤ ਦੀ ਇਤਲਾਹ ਸੁਣ ਲਏ ਘਰ ਦੀ ਰੱਖੀ ਹੋਈ ਸ਼ੈ ਹੱਥ ਦੀ ਰੱਖੀ ਹੋਈ ਸ਼ੈ ਭੁੱਲ ਵੈਸੀ ਪਰਦਾ ਭੁੱਲ ਵੈਸੀ ਬਾਇਰਾ ਕਿਆ ਸੀ ਲੋਗੋ ਮੇਰਾ ਰਸਤਾ ਛੋੜੋ ਮੇਰਾ ਈਦਾ ਦੇਵਣ ਵਾਲਾ
ਜਸੋਕੀ ਵਾਲਿਆਂ ਇਹ ਪਿੰਡ ਦਾ ਮਾਹੌਲ ਹੈ, ਪੂਰੇ ਜ਼ਿਲ੍ਹੇ ਦਾ ਮਜਮਾ ਹੈ। ਇਸੇ ਮਜਲਸ ਵਿੱਚ ਇਸੇ ਪਿੰਡ ਦੀ ਸੈਯਦਾਦੀ ਨਾ ਹੋਵੇ ਗੈਰ ਸੈਯਦਾਦੀ ਹੋਵੇ, ਅਮੀਰ ਨਾ ਹੋਵੇ ਕਈ ਗਰੀਬ ਦੀ ਧੀ ਹੋਵੇ, ਸ਼ੀਆ ਨਾ ਹੋਵੇ ਕਈ ਸੁੰਨੀ ਦੀ ਧੀ ਹੋਵੇ, ਇਸੇ ਮਜਲਸ ਚਾ ਕੇ ਆਖੇ ਇਸ ਪਿੰਡ ਲਿਆ ਅਗਲੇ ਮੋੜ ਤੇ ਬਦਮਾਸ਼ ਮੇਰੀ ਚਾਦਰ ਲੁੱਟੇ। ਉੱਠੋ ਮੈਂ ਤੁਹਾਡੇ ਪਿੰਡ ਦੇ ਫਲਾਂ ਗਰੀਬ ਦੀ ਧੀਆਂ ਮੁਹੰਮਦ ਦਾ ਕਲਮਾ ਪੜਦੀਆਂ, ਮੇਰੀ ਚਾਦਰ ਬਚਾਓ ਬਦਮਾਸ਼ ਹਟਾਓ। ਬਾਬਾ ਸਿਕਲੈਨ ਸ਼ਾਹ ਸੀ ਜਾਫਰ ਤਿਆਰ ਗੈਰਤ ਦਾ ਮਸਲੇ ਮਜਲਸ ਰੋਕ ਦੇ, ਸਾਰੇ ਲੋਕ ਉੱਠੀ ਪਾਉ ਸਨ ਆਖਸਨ ਯਾਰ ਅਗਰ ਕੋਈ ਨਾਰਾਜ਼ਗੀ ਹੈ ਤਾਈ ਦੇ ਪਿਓ ਨਾਲ, ਅਗਰ ਕੋਈ ਸ਼ਿਕਵਾ ਹੈ ਇਹਦਿਆਂ ਭੈਰਾਵਾਂ ਨਾਲ। ਬੜਾ ਗੈਰਤਮੰਦ ਇਲਾਕਾ ਹੈ, ਕੋਈ ਸ਼ੀਆ ਨਾ ਬੋਲੇ ਕੋਈ ਸੁੰਨੀ ਜ਼ਰੂਰ ਮੈਨੂੰ ਜਵਾਬ ਦੇ। ਸਾਰੇ ਉੱਠੀਓ ਬਦਮਾਸ਼ ਹਟਾਓ ਇਹਦੀ ਚਾਦਰ ਬਚਾ, ਲਾਇਓ ਕੁਰਾਨ ਮੇਰੇ ਸਰ ਤੇ ਰੱਖੋ, 1448 ਮੀਲ ਦੀ ਮੰਜ਼ਲ ਤੇ ਅਕਬਰ ਦਾ ਕਾਤਲ ਹੱਸਦਾ ਕੀ ਆਈ ਜ਼ੈਨਬ ਚੋਕ, 36 ਸ਼ਹਿਰਾਂ ਚ ਦੀ ਗਈ ਹੈ ਮੈਨੂੰ ਚਾਦਰ ਦਿਓ। ਸੋਹਣਾ ਪੈ ਸੁਣ ਦਿਓ, ਮੈਂ ਸ਼ਾਗਿਰਦੇਜ਼ ਮੁਲਤਾਨ ਪਿਆ ਪੜਦਾ ਜੋ 36 ਸ਼ਹਿਰਾਂ ਚੋਂ ਚਾਦਰ ਮੰਗੀ ਸੀ, ਇੱਕ ਬਜ਼ੁਰਗ ਸੈਯਦਾ ਦੇ ਜਾਫਰ ਤਿਆਰ ਮੰਗਣ ਵਾਲੀ ਕੋਈ ਆਮ ਨਾਈ, ਉਹ ਪਈ ਮੰਗਦੀ ਆਈ ਜਾਂਦੇ ਬੂਏ ਤੂੰ ਨਬੀਆਂ ਮੰਗੇ, ਮੰਗਦੀ ਜੋ ਆਈਏ ਮਿਲੀ ਅਸਿਆ ਕੋਈ ਨਾ, ਈਸਾਈਆਂ ਦਾ ਸ਼ਹਿਰ ਆਇਆ ਨਮਾਜ਼ ਫਜਰ ਦਾ ਟਾਈਮ, ਉਹਨੂੰ ਫਜਰ ਦੀਆਂ ਬਾਂਗਾਂ ਮਿਲੀਆਂ, ਨੂਨੂ ਅਲੀ ਦੀਆਂ ਧੀਆਂ ਬਾਜ਼ਾਰ ਚ ਕਦਮ ਰੱਖਿਆ, ਇੱਕ ਪਾਦਰੀ ਚਾਦਰਾਂ ਚਾਈ ਵਧੇ ਰੋਂਦੇ ਹੀ ਵਧੇ, ਬਿਮਾਰ ਦੇ ਮੋੜੇ ਤੇ ਯਾਤਰਾ ਕਿਆ ਦੇ ਕੈਦੀ ਕਿਦਾਈ ਮਦੀਨੇ ਵਾਲਾ ਸਜਾਦ ਡਿੱਠਈ, ਸੈਯਦਾ ਦੇ ਕਿਹੜੇ ਸਜਾਦ ਨੂੰ ਮਿਲਣਾ ਈ, ਆਦੇ ਜਿਹੜਾ ਹੁਸੈਨ ਦਾ ਪੁੱਤ ਸੈਯਦਾ ਦੇ ਉਜੜਿਆਂ ਨੂੰ ਸੁਣੇ ਦਾ ਕੋਈ ਨਹੀਂ, ਸਜਾਦ ਮਾਇਆ
ਮੌਲਾ ਫਰਮੈਂਦਰ ਤੂੰ ਕੌਣ ਆ ਦੇ ਗੈਰ ਮੁਸਲਮ, ਇਹ ਹੱਥ ਚ ਕਿਹੜੀ ਸ਼ਾਇ ਆਦਾ ਅਮਾਨਤ ਚਾਈ ਵਧਾ? ਕਹਿੰਦੀ ਅਮਾਨਤ ਬਈ ਮਾਵਾਂ ਦੀਆਂ ਝੋਲੀਆਂ ਚ ਮਸਾਇਬ ਸੁਣਨ ਲੱਗੇ। ਪਾਦਰੀ ਆਦਾ ਤੈਨੂੰ ਪਤਾ ਨਹੀਂ ਸਾਰੀ ਰਾਤ ਸਾਡੇ ਨਬੀ ਦੀ ਮਾਂ ਦੇ ਵਾਲ ਖੁੱਲੇ ਰਹਿ ਮਰੀਆ ਮਾਦੀ ਰਹੀਏ ਵੰਜੋ ਬਤੂਲ ਦੀਆਂ ਧੀਆਂ ਰੋਲ ਗਈਆਂ ਫਰਮੈਂਦੇ ਚਾਦਰਾਂ ਮੈਂਦੇ ਮੈਂ ਜੰਨਤ ਦਾ ਜ਼ਾਮਿਨ ਬਹੁਤ ਸੋਹਣਾ ਪਸੰਦ ਦਿਓ ਚਾਦਰਾਂ ਮੈਨੂੰ ਦੇ ਮੈਂ ਤੇਰੀ ਜੰਨਤ ਦਾ ਜ਼ਾਮਿਨ ਜ਼ਿਲ੍ਹਾ ਗੁਜਰਾਤ ਵਾਲਿਆਂ ਚਾਦਰਾਂ ਮਿਲ ਗਈਆਂ ਬੱਦੇ ਹੱਥਾਂ ਨਾਲ ਮਾਵਾਂ ਤਾਂ ਭੈਣਾਂ ਦੇ ਸਰਾਂ ਤੇ ਵਧਾ ਕਰਾਂਦਾ ਅਜਾ ਚਾਦਰਾਂ ਕਰ ਨਾਇਣ ਬੈਠੀਆਂ ਜਾਂ ਸ਼ਿਮਰ ਦੀ ਨਜ਼ਰ ਪਈਏ ਝਿਣਕ ਦੇ ਕੇ ਮੇਰੇ ਇਮਾਮ ਨੂੰ ਆਦਾ ਕਹਿੰਦੇ ਕੋਲੂ ਪੁੱਛਿਆ ਸਹੀ ਅਦਾਦਾ ਮਿਲ ਜੁ ਗਈਆਂ ਮੇਰੀਆਂ ਮਾਵਾਂ ਦਾ ਪਰਦਾ ਆਦਾ ਜੇ ਜ਼ਿੰਦਗੀ ਚਾਹਨਾ ਚਾਦਰਾਂ ਲਹਾੜੇ ਇਮਾਮ ਆਦਾ ਮਰਨਾ ਕਬੂਲ ਮੈਂ ਚਾਦਰਾਂ ਨਾ ਲਾ ਸਕਦਾ ਇਸ ਜ਼ਾਲਿਮ ਨੇ ਜਿਹਾ ਤਾਜ਼ੀਆਨਾ ਬਿਮਾਰ ਨੂੰ ਮਾਰਿਆ ਚੌਂ ਸਾਲਾਂ ਦੀ ਬਤੂਲ ਜ਼ਮੀਨ ਤੇ ਝੜ ਪਈ ਨਿੱਕੇ ਨਿੱਕੇ ਹੱਥ ਬਣ ਕੇ ਆਦੀ ਅੰਮਾ ਮੇਰਾ ਬਿਰਾ ਪਿਆ ਮਰੀਦ ਸੋਹਣਾ ਪੈ ਸੁਣਦੇ ਹੋ ਮੇਰੀ ਜ਼ੈਨਾ ਦੀ ਸਕੀਨ ਬਿਰਾ ਹਰ ਕਈ ਨੂੰ ਇਵੇਂ ਪਿਆਰੇ ਆਉਂਦੇ ਨੇ ਜਿਵੇਂ ਤੈਨੂੰ ਸਜਾਦ ਤੁਹਾਡੀ ਜ਼ਿੰਦਗੀ ਗੁਜ਼ਰਦੀ ਪਈ ਇੱਕ ਸਤਰ ਪੜ੍ਹਨ ਲੱਗਾ ਮਾਂ ਸਾਹਿਬ ਦੀ ਪੁਰਾਣੇ ਬੰਦੇ ਜਿਤਨੇ ਬੈਠੇ ਸਾਧਕ ਸ਼ਾਹ ਕਸਮ ਹੈ ਇਮਾਮ ਹੁਸੈਨ ਦੇ ਆਖਰੀ ਸਾਹ ਦੀ ਜ਼ਿੰਦਗੀ 'ਚ ਇਮਾਮ ਦੇ ਜ਼ਿਕਰ 'ਚ ਬਨਾਵਟ ਨਹੀਂ ਕੀਤੀ ਕੋਈ ਰੁਣਨਾ ਹੀ ਉਹਦੀ ਮਰਜ਼ੀ ਨਹੀਂ ਰੁਣਨਾ ਉਹਦੀ ਮਰਜ਼ੀ ਯਾ ਛੱਤ ਤੂੰ ਆਵਾਜ਼ ਆਈ ਇੱਕ ਨੌਕਰਾਨੀ ਹੈ ਮੇਰੇ ਇਮਾਮ ਨੇ ਤਿਲਾਵਤ ਸ਼ੁਰੂ ਕੀਤੀ ਰਸੂਲ ਪਾਕ ਦੇ ਸਾਹਾਬੀ ਮਾਲਕ ਅਸ਼ਤਰ ਦੀ ਧੀਏ ਸ਼ਾਮ ਸ਼ਾਦੀ ਹੋਈ ਨੌਕਰਾਨੀ ਨੂੰ ਆਦੀ ਵੰਜ ਪਤਾ ਕਰ ਅਤੇ ਦੁਆ ਵੀ ਮੰਗ ਸ਼ਾਲਾ ਉਹ ਨਾ ਹੋਵੇ ਬਾਬਾ ਇਕਬਾਲ ਸ਼ਾਹ ਸਾਹਿਬ ਵੈਣ ਪੜ੍ਹਨ ਲੱਗਾ ਬਾਜ਼ਾਰ ਚਾਈ ਡਿੱਠਾ ਧੜ ਕੋਈ ਨਹੀਂ ਸਰ ਕੁਰਾਨ ਪੇਪਰ ਸਾਂਗ ਨੂੰ ਨੱਪ ਕੇ ਸਫੀਆ ਦੀ ਨੌਕਰਾਨੀ ਆਦੀ ਮੇਰਾ ਇੰਤਜ਼ਾਰ ਕਰੇ ਮੈਂ ਆਉਂਦੀ ਪਈ
ਘਰ ਚਾ ਕਿਆ ਦੀ ਸਫੀ ਆ ਮਦੀਨੇ ਵਾਲੇ ਸ਼ਹੀਦਾਂ ਦਾ ਵਾਸਤੇ ਬੁਰਕਾ ਪਾ ਮੇਰੇ ਨਾਲ ਆ ਕਿਨ ਵੰਜਣਾ ਨੌਕਰਾਨੀਆਂ ਦੀ ਬਾਜ਼ਾਰ ਜਣਕ ਦੇ ਕਿਹਾ ਦੀ ਤੈਨੂੰ ਸ਼ਰਮ ਨਹੀਂ ਆਉਂਦਾ ਉਹ ਬਾਜ਼ਾਰ ਏ ਮੈਂ ਮਲਕਾ ਏ ਸ਼ਾਮ ਦੀ ਨੌਕਰਾਨੀ ਆ ਮੈਂ ਅਲੀ ਦੀ ਆਦਿ ਉਸੇ ਬੀਬੀ ਦਾ ਵਾਸਤੇ ਬੁਰਕਾ ਪਾਇਆ ਅੱਗੇ ਅੱਗੇ ਨੌਕਰਾਨੀ ਪਿੱਛੇ ਪਿੱਛੇ ਮੁਹੰਮਦ ਦੇ ਸਾਹਬੀ ਦੀ ਧੀ ਐਲਾਨ ਕਰਕੇ ਆਦਿ ਕਲਮਾ ਪੜਨ ਵਾਲੇ ਆਓ ਮੈਨੂੰ ਰਸਤਾ ਦਿਓ ਮੇਰੇ ਨਾਲ ਮੁਹੰਮਦ ਦੇ ਸਾਹਬੀ ਦੀ ਧੀ ਪਈਆਂ ਦੀ ਦੱਸੋ ਕੀ ਵਾਲੇ ਆਓ ਮੁਸਲਮਾਨ ਰਾਹ ਪੈ ਦੇ ਅਰਮਾਨ ਇਸ ਗੱਲ ਦਾ ਸਹਾਬੀਆਂ ਦੀਆਂ ਦੀਆਂ ਨੂੰ ਰਾਹ ਪਿਆ ਮਿਲਦਾ ਮੁਹੰਮਦ ਦੀਆਂ ਦੀਆਂ ਨੂੰ 36 ਘੰਟੇ ਰਾਹ ਨਹੀਂ ਮਿਲ ਉੱਥੋਂ ਗੁਜ਼ਰੀਏ ਕੜੀ ਹਿੱਕੇ ਤੇ ਕੈਦੀ ਦੋਏ ਕੁਰਾਨ ਪਿਆ ਪੜਦਾ ਜ਼ਮੀਨ ਤੇ ਬਹਿ ਗਈ ਹੈ ਸਫੀਆ ਦੋਵੇਂ ਹੱਥ ਮੱਥੇ ਤੇ ਰੱਖੇ ਅਦੀ ਅਸਲਾਮ ਅਲੈਕਾ ਜਵਾਬ ਹੈ ਭੈਣ ਸਫੀਆ ਮੇਰਾ ਹੀ ਸਲਾਮ ਤਮਹੀਦ ਮੁੱਕ ਗਈ ਵੈਣ ਪੜਨ ਲੱਗ ਸਫੀਆ ਦੀ ਕੈਦੀ ਮੇਰਾ ਨਾਂ ਤਾਂ ਸਿਵਾਏ ਹੁਸੈਨ ਦੇ ਪੁੱਤਰ ਦੇ ਕਈ ਨੂੰ ਆਉਂਦੇ ਹੀ ਤੂੰ ਮੇਰਾ ਨਾਂ ਕਿਵੇਂ ਜਾ ਕੈਦੀ ਮੇਰਾ ਸਲਾਮ ਜਵਾਬ ਆਏ ਭੈਣ ਸਫੀਆ ਮੇਰਾ ਹੀ ਸਲਾਮ ਮੇਰੇ ਮਾਮ ਦੀ ਡਾੜੀ ਤਲੇ ਅਤਰਾ ਕਿਆ ਦੀ ਸਰ ਉੱਚਾ ਕਰ ਮੈਂ ਸੁਣਾਣਾ ਤੂੰ ਕੌਣ ਜਿਵੇਂ ਜਿਵੇਂ ਬਿਮਾਰ ਦਾ ਸਰ ਬੁਲੰਦ ਹੁੰਦਾ ਵੈਂਦਾ ਹੈ ਬਾਗ ਕਰਦੀ ਆਵਾਜ਼ਾਂ ਦੀ ਕਦ ਸਿੱਧਾ ਨਾ ਕਰ ਮੇਰਾ ਸਾਹ ਬੰਦ ਪਿਓ ਆਦੀ ਏ ਕੈਦੀ ਮੇਰਾ ਸਲਾਮ ਹੋਈ ਜਵਾਬ ਆਏ ਭੈਣ ਸਫੀਆ ਮੇਰਾ ਹੀ ਸਲਾਮ ਜਿਹਨਾਂ ਮਾਤਮ ਕਰਨਾ ਹੈ ਵੈਣ ਪੜਨ ਲੱਗਾ ਆਦੀ ਏ ਜੇ ਤੂੰ ਸਜਾਦ ਜਿਹਨਾਂ ਬੇਫਿਜ਼ਾ ਫਰਮਾਉਂਦੇ ਨੇ ਇਹੋ ਸਜਾਦ ਹੈ ਸਫੀਆ ਦੀ ਜੇ ਤੂੰ ਸਜਾਦ ਹੈ ਤਾਂ ਬਾਬਾ ਕਿੱਥੇ ਫਰਮਾਉਂਦੇ ਨਾ ਉਹ ਨੇਜ਼ ਤੇ ਕੁਰਾਨ ਪੇ ਪੜ ਅੱਲਾਹ ਨੇਜ਼ ਤੇ ਕੁਰਾਨ ਪਿਆ ਪੜਦਾ ਮਰਦ ਮਰੀਂਦੇ ਰਹਿੰਦੇ ਜੇ ਪਿਉ ਮਾਰਿਆ ਗਿਆ ਰਾਤ ਕਿਉਂ ਰੋਣਾ ਸਈਆ ਦਾਦਾ ਬਾਬਾ ਮਾਰਿਆ ਵੰਜਿਆ ਰਾਤ ਨਾ ਰੋਵਾਂ ਚਾਚੇ ਮਾਰੇ ਵੰਜਣਾ ਉਹ ਰਾਤ ਨਾ ਰੋਵਾਂ ਭਰਾ ਮਾਰੇ ਵੰਜਣਾ ਉਹ ਰਾਤ ਨਾ ਰੋਵਾਂ ਮੈਂ ਗੈਰਤ ਦਾ ਮਰੀਜ਼ ਮੇਰਾ ਜਿਗਰ ਫਟ ਗਿਆ ਏ ਮੇਰੀ ਮਾਂ ਜ਼ੈਨਬ ਬਾਜ਼ਾਰ ਚਾਕ ਸਫੀਆ ਦੀ ਕਾਇਨਾਤ ਬਦਲ ਸਕਦੀ ਏ ਬੀਬੀ ਜ਼ੈਨਬ ਬਾਜ਼ਾਰ ਨਹੀਂ ਆ ਸਕਦੀ ਸਈਦਾ ਦਾ ਸੱਚੇ ਪਿਓ ਦਾ ਪੁੱਤਰਾ ਜਿਹੜੀ ਟੁਰਦੀ ਤੇ ਜਾਣ ਪਾਉਂਦੀ ਇਹੋ ਮੇਰੀ ਮਾਂ ਜ਼ੈਨਬ ਸਫੀਆ ਦੀ ਵਸਤੇ ਜ਼ਮਾਨੇ ਚ ਮੈਂ ਕੁਰਾਨ ਚਾਹਵਾਂ
ਕੁਰਾਨ ਪਰਵਾਜ਼ ਕਰਕੇ ਬੀਬੀ ਦੇ ਸਰ ਦਾ ਤਵਾਫ ਕਰੇਗਾ। ਕੁਰਾਨ ਚਾਇਆ, ਕੁਰਾਨ ਪਰਵਾਜ਼ ਕੀਤਾ, ਸਫੀਆ ਚਾਦਰ ਲਾਹੀਏ, ਸਗਲਾ ਮਾਉ ਦਬਦਾ ਰੋ ਕੇ ਆਦੀ ਬੀਬੀ ਜੇ ਇਜਾਜ਼ਤ ਦੇਵੇਂ ਤਾਂ ਮੈਂ ਇੱਕ ਗੱਲ ਕਰਾਂ। ਇਮਾਮ ਆਦੇ ਸੋਚ ਕੇ ਗੱਲ ਕਰੇ, ਬੀਬੀ ਜ਼ੈਨਬ ਦੇ ਕਦਮਾਂ 'ਤੇ ਮੱਥਾ ਮਾਰ ਕੇ ਸਫੀਆ ਪਿਆ ਦੀ ਓ ਕਿਨ ਗਿਆ ਹੀ ਜੈ ਕੂ ਉਂਗਲੀਆਂ ਨਾ ਹਾਵੀ ਟੁਰਨਾ ਆਪ ਸਿਖਾਇਆ ਮੈਨੂੰ ਦੱਸ ਤਾਂ ਸਹੀ ਖਾਤੂਨ ਦੀ ਧੀ ਤੇਰੇ ਨਾਲ ਉਹ ਕਿਉਂ ਨਹੀਂ ਅੱਬਾਸ ਤਾਂ ਪੁੱਛਦੀ ਹੈ ਪੁਰਾਣੇ ਰੰਗ 'ਚ ਇੱਕ ਵੈਣ ਪੜਨ ਲੱਗਾ ਗਾਜ਼ੀ ਨੂੰ ਮਿਲਣਾ ਹੀ ਹਾਂ ਗਾਜ਼ੀ ਨੂੰ ਮਿਲਣਾ ਕਿਨ ਵਹਿੰਦੀ ਹੈ ਆਦੀ ਮਦੀਨੇ ਕਹਿੰਦੇ ਘਰ ਉਸ ਆਖਿਆ ਘਰ ਨਹੀਂ ਮੁਹੰਮਦ ਦੀ ਧੀ ਦੀ ਕਬਰ ਇੱਕ ਸਤਰ ਮੈਂ ਪੜ੍ਹਨ ਲੱਗਾ ਜਿਤਨੇ ਮੌਲਾ ਦੇ ਜ਼ਾਕਰ ਬੈਠੇ ਹੋ ਬੀਬੀ ਜ਼ੈਨਬਾਦ ਕਿਉਂ ਹੈ ਨੀ ਇਹ ਬਤੂਲ ਦੀ ਕਬਰ ਤੇ ਸਫੀਆ ਆਦਿ ਮੈਂ ਬਤੂਲ ਦੀ ਕਬਰ ਤੇ ਮੱਥਾ ਲੈ ਸਾਂ ਤੇ ਰੋ ਕੇ ਆਖਸਾਂ ਜ਼ਰਾ ਕਬਰ ਤੂੰ ਬਾਹਰ ਆ ਮੈਨੂੰ ਦੱਸ ਤਾਂ ਸਹੀ ਉਹਦੇ ਚੋਲੇ ਕਿਉਂ ਸੀਤੇ ਤੇਰਾ ਗਾਜ਼ੀ ਵੀ ਜੀਦੋ ਵੇ ਜ਼ੈਨਬਾਦਾਰ ਸਮਝਦੇ ਹੋ ਬਾਈ ਫਰਮਾਇੰਦੇ ਮੌਜਾ ਸੁਨਵਾਲ ਦੀ ਜੀਆ ਤੇਰੇ ਪੰਦ ਮੁੱਕ ਗਏ ਅੱਬਾਸ ਇਸੇ ਬਾਜ਼ਾਰ 'ਚ ਮਿਲਾਵਾਂ ਅੱਲਾ ਦਾ ਜਹਾਨ ਗਾਜ਼ੀ ਦਾ ਮੁਰੀਦ ਸਫੀਆ ਦੀ ਹੈ ਬੀਬੀ ਬਾਜ਼ਾਰ 'ਚ ਗਾਜ਼ੀ ਕਿੱਥੇ ਫਰਮਾਇੰਦੇ ਨਾ ਉਹ ਘੋੜੇ ਦੀ ਗਰਦਨ ਨਾ ਦੌੜੀਏ ਸਲਾਮ ਕੀਤਾ ਗਾਜ਼ੀ ਮੇਰਾ ਸ਼ਹੀਦ ਤੇ ਸਲਾਮ ਅੱਬਾਸ ਤੂੰ ਬੇਵਫਾਈ ਕੀਤੀ ਏ ਜ਼ੈਨਬ ਬਾਜ਼ਾਰ ਚ ਜ਼ੈਨਬ ਬਾਜ਼ਾਰ ਚ ਗਾਜ਼ੀ ਦੇ ਲੱਭ ਹੱਲੇ ਇੱਕ ਵਾਰੀ ਭੈਣ ਬਿਰਾਵਾਂ ਦਾ ਬਿੱਠਾ ਤੇ ਗਾਜ਼ੀ ਪਿਆਦਾ ਇੰਨਾ ਆਪ ਉਕਾਬ ਦੇ ਤੇ ਪਿਆ ਚਿੜੀਆਂ ਚੌਥੇ ਮੋੜ ਤੇ ਖੜੀ ਆਈ ਅੱਲਾ ਤੁਨ ਬਾਰਾ ਪੁੱਤਰ ਦੇਵੇ ਦੁਆ ਮੰਗੀ ਅੱਲਾ ਇੱਕ ਧੀ ਜ਼ਰੂਰ ਦੇਵੀ ਪੁੱਤਰ ਜਾਇਦਾਦ ਦੇ ਮਾਲਿਕ ਧੀਆਂ ਨੇ ਮਾਣੀਆਂ ਮੈਯਤ ਪਤਾ ਲੱਗਾ ਸੀ ਜੋ ਗਾਜ਼ੀ ਹੈ ਦੌੜੀਏ ਇੱਕ ਸ਼ਾਮ ਦੀ ਖਾਤੂਨ ਹੈ
ਜਿਸ ਦੇ ਬੱਚੇ ਦਾ ਨਾਂ ਹੁਸੈਨ ਹੈ। ਜਦਾ ਸ਼ੋਰ ਪਿਆ ਨਾ ਜੋ ਮਦੀਨੇ ਦੇ ਕੈਦੀ ਆ ਗਏ, ਇਹ ਬੱਚਾ ਗੁੰਮ ਗਿਆ। ਮਸਤੂਰ ਨੇ ਹਾਏ ਹੁਸੈਨ ਦਾ ਨਾਂ ਚਾਇਆ। ਬੇਪਲਾ ਨੇ ਉੱਠ ਤੋਂ ਪਈਆ ਦੀਏ, ਇਹ ਬੀਬੀ ਦੱਸ ਕੋਈ ਹੁਸੈਨ ਤੂੰ ਵੀ ਮਰਾਈ ਵਧੀ। ਉਹ ਸਾਧਵੀ ਹਸਵੀ ਅੱਲਾ ਮੇਰਾ ਇੱਕੋ ਪੁੱਤਰੇ ਅਤੇ ਮਦੀਨੇ ਵਾਲੇ ਹੁਸੈਨ ਦਾ ਨੌਕਰ। ਇਹ ਬੀਬੀ ਜਿਹੜੇ ਵੇਲੇ ਦੀ ਤੂੰ ਆਈ ਆ ਨਾ ਬਾਜ਼ਾਰ, ਮੇਰਾ ਬੱਚਾ ਹੱਥ ਛੁੜਾ ਕੇ ਮੈਨੂੰ ਲੱਭਦਾ ਨਹੀਂ ਪਿਆ। ਮਾਂ ਮਲਤਬਾ ਕਿਹਾ ਦੀ ਘਰ ਲੱਗੀ ਵੰਜ ਦਹਿਲੀਜ਼ ਅਤੇ ਮੱਥਸ, ਕਿਸੇ ਦੇ ਬੱਚੇ ਨੂੰ ਰੋਂਦਾ ਪਿਆ। ਮਸਤੂਰ ਆਦਿ ਦੌੜ ਪਈ ਹੈ, ਡਿੱਠਾ ਹੈ ਤਾਂ 5 ਸਾਲ ਦਾ ਬੱਚਾ, ਹਿਚਕੀ ਲੱਗੀ ਹੋਈ ਅਤੇ ਇੱਕੋ ਲਫ਼ਜ਼ ਉਹਦੇ ਮੂੰਹ 'ਚ ਪੈ ਨਿਕਲਦਾ ਹੈ, ਅਸਗਰ ਅਸਗਰ। ਕਾਸ਼ ਮੈਂ ਕਰਬਲਾ ਹੁੰਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰਾਂ, ਮੇਰਾ ਅਸਗਰ ਬਚ। ਬੱਚੇ ਨੂੰ ਬਾਹਾਂ ਤੂੰ ਨੱਪਿਆਸ ਬਾਜ਼ਾਰ 'ਚ ਆਦਿ ਦੱਸ ਤਰਸਾਈ, ਤੇਰੀ ਮਾਂ ਦਾ ਨਾਂ ਕਿ? ਮੇਰੀ ਸੈਨਾ ਦੀ ਭਰੇ ਬਾਜ਼ਾਰ 'ਚ ਮੇਰੀ ਮਾਂ ਦਾ ਨਾਂ ਨੱਚ, ਭਰੇ ਬਾਜ਼ਾਰ। ਜਾਂ ਬੱਚੇ ਹਾਏ ਹੁਸੈਨ ਦਾ ਨਾਂ ਚਾਇਆ, ਜ਼ਮੀਨ 'ਤੇ ਜਣੇ ਬੱਚਾ ਤੜਪ ਕੇ ਮਰ ਗਏ। ਮਸਤੂਰ ਨੇ ਵੈਣ ਕੀਤਾ ਵੇ ਮੇਰਾ ਹੁਸੈਨ ਮਦੀਨੇ ਮਰਿਆ, ਮੈਂ ਤਨ ਪੀਰਾਂ ਦੇ ਬੂਹੇ ਤੇ। ਜਦੋਂ ਮਸਤੂਰ ਵੈਣ ਕੀਤਾ ਬੀਬੀ ਜ਼ੈਨਬਾਦ ਹੁਸੈਨ ਨੌਕਰਾਨੀ ਮਦੀਨੇ ਪਈ ਵੈਣ, ਇਸ ਮਾਈ ਦੇ ਬੱਚੇ ਨੂੰ ਜ਼ਿੰਦਾ ਕਰ। ਜੇ ਆਖੇ ਤਾਂ ਮੈਂ ਦੁਆ ਮੰਗਾ, ਮੇਰਾ ਅੱਲਾ ਮੇਰੇ ਹੁਸੈਨ ਦੇ ਆਖਰੀ ਸਾਹ ਦਾ ਵਾਸਤੇ, ਮੇਰੇ ਅਕਬਰ ਦਾ ਵਾਸਤੇ, ਮੇਰੇ ਅਸਗਰ ਦਾ ਵਾਸਤੇ, ਇਸ ਮਾਈ ਦੇ ਬੱਚੇ ਨੂੰ ਜ਼ਿੰਦਾ ਕਰ। ਆਵਾਜ਼ ਨਾ ਹੀ ਮੁੱਕੀ, ਬੱਚਾ ਤੜਪ ਕੇ ਉੱਠਿਆ। ਮਸਤੂਰ ਮਿਲਣ ਦਾ ਇਰਾਦਾ ਕੀਤਾ, ਬੱਚੇ ਵੱਲਾ ਮਾਰ। ਮਸਤੂਰ ਮਿਲਣ ਦਾ ਇਰਾਦਾ ਕੀਤਾ, ਬੱਚੇ ਨੇ ਵੱਲਾ ਮਾਰਿਆ। ਮਾਂ ਪਿਆ ਦੀ ਮੈਨ ਮਿਲਦਾ ਕਿਉਂ ਨਾ, ਬੱਚਾ ਪਿਆ ਦੇ ਵੱਡਾ ਜੁਰਮ ਕੀਤਾ ਹੀ ਯਾ ਜ਼ੈਨਬ। ਸਦਾ ਤਮਾਮਣੇ ਤਸ਼ਰੀਫ ਰੱਖੇ।